ਇੰਨੀਆਂ ਹੱਦ ਤੱਕ ਬੀਤੀਆਂ ਨੇ, ਮੈਨੂੰ ਗਲੀ ਗਵਾਂਢ ਤੱਕ ਆ ਕੇ ਕਹਿੰਦੇ ਸੀ ਇਹਨੂੰ ਸਮਝਾ ਲਓ ਕਿ ਇੱਥੇ ਆ ਕੇ ਨਾ ਖੜਿਆ ਕਰੇ, ਸਾਡੀਆਂ ਨੂੰਹਾਂ ਧੀਆਂ ਨੂੰ ਨਾ ਦੇਖੇ ਕਰੇ ਅਤੇ ਜਿਨ੍ਹਾਂ ਨਾਲ ਪੱਕੇ ਉਹਨਾਂ ਦੇ ਸੰਬੰਧ ਸੀਗੇ ਉਹ ਤਾਂ ਮੈਂ ਬਿਆਨ ਕਰ ਹੀ ਨਹੀਂ ਸਕਦੀ, ਕਿਉਂਕਿ ਜੇ ਮੈਂ ਉਹ ਬਿਆਨ ਕਰਨ ਲੱਗੀ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਪਿਛਲਿਆਂ ਨਾਲ ਲਿੰਕ ਰੱਖਾਂ, ਲਿੰਕ ਮੇਰਾ ਉਦੋਂ ਦੇ ਹੀ ਖਤਮ ਹੋ ਗਿਆ। ਬੱਚੇ ਕਿੱਦਾਂ ਛੱਡਤੇ, ਕਿਉਂਕਿ ਇੱਕ ਮਾਂ ਸਭ ਕੁਝ ਛੱਡ ਸਕਦੀ ਹੈ ਬਟ ਆਪਣੀ ਔਲਾਦ ਨੂੰ ਨਹੀਂ ਛੱਡ ਸਕਦੀ, ਤੁਸੀਂ ਕਿਵੇਂ ਬੱਚੇ ਛੱਡਤੇ? ਇਹ ਕਹਿੰਦੇ ਨਾ ਜੇ ਮਾਂ ਦਾ ਜਿਗਰਾ ਵਾ, ਇੱਕ ਤਾਂ ਮੇਰਾ ਅੰਦਰ ਜਾਣਦਾ ਵਾ, ਮੇਰੇ ਤੋਂ ਇਲਾਵਾ ਇਹ ਕੋਈ ਨਹੀਂ ਜਾਣਦਾ, ਨਾ ਮੈਂ ਆਪਣੇ ਦਿਲ ਦੀ ਗੱਲ ਅੱਜ ਤੱਕ, ਹਾਂ ਸਰਦਾਰ ਜੀ ਨਾਲ ਇਹਨਾਂ ਨਾਲ ਮੈਂ ਸਾਰੀ ਗੱਲ ਸ਼ੇਅਰ ਕਰਦੀ ਹਾਂ, ਚੰਗੀ ਮੰਦੀ ਜੋ ਵੀ ਮੇਰੇ ਨਾਲ ਬੀਤਦੀ ਆ ਮੈਂ ਸਭ ਕੁਝ ਸ਼ੇਅਰ ਕਰਦੀ ਹਾਂ। ਤੁਸੀਂ ਆਪਣੇ ਹਸਬੈਂਡ ਨੂੰ ਅਤੇ ਬੱਚੇ ਨੂੰ ਛੱਡ ਦਿੱਤਾ? ਸਰ ਮੈਂ ਛੱਡਿਆ ਨਹੀਂ ਸੀ, ਕਿਉਂਕਿ ਮੈਂ ਵੈਸੇ ਪਿਛਲੀ ਗੱਲ ਦੁਹਰਾਉਣਾ ਨਹੀਂ ਚਾਹੁੰਦੀ ਕਿ ਕੱਲ੍ਹ ਨੂੰ ਮੈਂ ਨਹੀਂ ਚਾਹੁੰਦੀ ਕਿ ਵੀਡੀਓ ਸਾਡੀਆਂ ਪਹੁੰਚਦੀਆਂ ਉਹਨਾਂ ਤੱਕ, ਜ਼ਰੂਰ ਦੇਖਦੇ ਹੋਣਗੇ, ਕਿ ਜੇ ਮੈਂ ਐਵੇਂ ਕੋਈ ਵੱਧ ਚੜ ਕੇ ਬੋਲਾਂਗੀ ਤਾਂ ਅਗਲੇ ਦਾ ਕੋਈ ਪਤਾ ਨਹੀਂ, ਕੁਛ ਵੀ ਐਕਸ਼ਨ ਵੀ ਲੈ ਸਕਦੇ ਹਾਂ, ਪਰ ਜੋ ਮੇਰੇ ਨਾਲ ਬੀਤਿਆ ਉਹ ਤਾਂ ਮੈਂ ਕਹਿਣਾ ਚਾਹੁੰਦੀ ਹਾਂ, ਉਹ ਦੁਨੀਆਂ ਨੂੰ ਵੀ ਪਤਾ ਵਾ, ਜਿੱਥੇ ਮੈਂ ਪਿੰਡ 'ਚ ਰਹਿੰਦੀ ਸੀ ਆਂਢ ਗੁਆਂਢ ਨੂੰ ਪਤਾ, ਆਪਣੇ ਘਰ ਦੇ ਮੇਨ ਮੈਂਬਰਾਂ ਨੂੰ ਛੱਡ ਕੇ ਜਿਹਦੇ ਮੇਰੇ ਪੇਕੇ ਸਹੁਰੇ ਸੀ, ਸਹੁਰੇ ਸੀਗੇ, ਨਾਨਕੇ ਸਹੁਰੇ ਸੀ, ਦਾਦਕੇ ਸਹੁਰੇ ਸੀ, ਸਾਰਿਆਂ ਨੂੰ ਪਤਾ ਕਿ ਮੈਂ ਉਸ ਘਰ 'ਚ ਕਿਸ ਹਾਲਾਤਾਂ 'ਚ ਰਹਿ ਰਹੀ ਸੀ ਕਿ ਦੀਦੀ ਇੱਦਾਂ ਇੱਦਾਂ ਭਾਅ ਜੀ ਨੇ ਕੀਤਾ ਵਾ, ਬਗਾਨੀ ਜਨਾਨੀ ਨਾਲ ਲੱਗ ਕੇ ਸਰਦਾਰ ਜੀ ਨੂੰ ਕੁੱਟਿਆ ਵਾ, ਅਤੇ ਅੱਗੋਂ ਉਹਨਾਂ ਨੇ ਭਾਅ ਜੀ ਨੂੰ ਕਹਿਣ ਦੀ ਬਜਾਏ ਇਹਨੂੰ ਇੰਨਾ ਗਲਤ ਬੋਲਿਆ ਕਿ ਜਿਹਦੇ ਕਹਿੰਦੇ ਲਫ਼ਜ਼ ਸੁਣਨ ਵਾਲੇ ਵੀ ਨਹੀਂ ਸੀ। ਰੋਏ ਆ, ਬਥੇਰੇ ਰੋਏ ਆ, ਪਰ ਇਹਨਾਂ ਨੇ ਸਾਹਮਣੇ ਨਹੀਂ ਕਦੀ ਸ਼ੋਅ ਹੋਣ ਦਿੱਤਾ। ਰੋਂਦੇ ਹਾਲੇ ਵੀ? ਵੀ ਹੁਣ ਤਾਂ ਨਹੀਂ ਰੋਂਦੇ, ਪਹਿਲਾਂ ਸੀਗੇ ਰੋਂਦੇ। ਕਿਉਂ ਰੋਂਦੇ ਜੀ? ਵੀ ਇਹੀ ਮੇਰੇ ਘਰ ਆਏ ਨਾ ਕਿਤੇ ਦੂਜੀ ਜਨਾਨੀ ਰੱਖ ਕਿੱਦਾਂ ਲਈ ਮੇਰੇ ਹੁੰਦੇ ਹੋਏ। ਤੁਹਾਡੀ ਤਾਂ ਅਰੇਂਜ ਮੈਰਿਜ ਸੀ, ਤੁਸੀਂ ਕਿਹੜਾ ਤਿਆਰ ਕੀਤਾ ਜੀ? ਅਸੀਂ ਕੋਈ ਨਹੀਂ, ਅਸੀਂ ਇਹਨੇ ਜੋ ਮੇਰੇ ਘਰ ਦੇ ਨੇ ਪੇਕੇ ਨੇ ਚੁਣਿਆ ਸਭ ਤੋਂ ਪਹਿਲਾਂ ਇਹਨਾਂ ਨੇ ਚੁਣਿਆ, ਹੋਰ ਨਹੀਂ ਕੋਈ ਵੀ। ਕੰਮ ਤੋਂ ਆਉਣਾ ਘਰ, ਦੂਜੇ ਰੂਮ 'ਚ ਪੱਖੇ ਤੋਂ ਬਿਨਾਂ ਗਰਮੀਆਂ 'ਚ ਬਹਿਣਾ, ਸਵੇਰੇ ਉੱਠ ਕੇ ਫਿਰ ਤਿਆਰ ਹੋ ਕੇ ਕੰਮ 'ਤੇ ਚਲ ਜਾਣਾ, ਕਦੋਂ ਪਾਣੀ ਦਾ ਘੁੱਟ ਵੀ ਨਹੀਂ ਸੀ ਪੀਣ ਨੂੰ ਮਿਲਦਾ। ਉਹ ਤਾਂ ਅੱਜ ਵੀ ਤੁਹਾਨੂੰ ਦੇਖਦੇ ਹੋਣਗੇ, ਤਾਂ ਕੀ ਸੋਚਦੇ ਹੋਣਗੇ, ਕੀ ਸੋਚਦੇ ਹੋਣਗੇ ਬੱਚੇ ਤੁਹਾਡੇ? ਹਾਂ ਸ਼ੁਰੂਆਤ 'ਚ ਸਿਰਫ ਜਦੋਂ ਛੱਡ ਕੇ ਗਏ ਸੀ ਇੱਕ ਦੋ ਦੀ ਕੁੜੀ ਨਾਲ ਗੱਲ ਹੋਈ ਸੀਗੀ ਕਿ ਮੰਮਾ ਘਰ ਦੇ ਇੱਦਾਂ ਕਰਦੇ ਆ, ਮੈਨੂੰ ਸਹੇਲੀਆਂ ਨਾਲ ਨਹੀਂ ਬੋਲਣ ਦਿੰਦੇ, ਮੈਨੂੰ ਇੱਥੇ ਨਹੀਂ ਬਹਿਣ ਦਿੰਦੇ, ਉੱਥੇ ਨਹੀਂ ਖੋ, ਮੈਂ ਕਿਹਾ ਪੁੱਤ ਤੈਨੂੰ ਪਹਿਲਾਂ ਪਤਾ ਸੀ ਨਾ ਉਹੀ ਘਰ 'ਚ ਹੋ ਕੇ ਆਈ ਹਾਂ ਤੂੰ, ਕਿ ਤੈਨੂੰ ਪਤਾ ਨਹੀਂ ਸੀ ਉੱਥੇ ਕੀ ਹੋਣਾ ਵਾ, ਜਿੱਦਣ ਪੈਸੇ ਆਉਣੇ ਆ ਉਦੋਂ ਤੁਸੀਂ ਉਹਦੀ ਪਸੰਦ ਦੀ ਚੀਜ਼ ਬਣਾ। ਗੱਲ ਕਰ ਰਹੇ ਹੋ ਸਰਦਾਰ ਜੀ ਦੀ ਗੱਲ ਕਰ ਰਹੀ ਹਾਂ? ਅੱਛਾ, ਉਹਨਾਂ ਦੀ ਵਾਈਫ ਇੱਦਾਂ ਕਰਦੀ ਸੀ ਉਹਨਾਂ ਨਾਲ? ਮੂੰਹ ਤਾਂ ਇਹਨਾਂ ਨੂੰ ਪੁੱਛ, ਇਹ ਆਪ ਵੀ ਕਹਿੰਦੇ ਆ, ਪੁੱਛ ਲਓ ਬਸ਼ੱਕ ਦੀ। ਤੁਸੀਂ ਇੱਦਾਂ ਕਰਦੇ ਸੀ ਉਹਨਾਂ ਨਾਲ? ਅਸੀਂ ਪੂਰਾ ਮਹੀਨਾ ਪੁੱਛਦੇ ਨਹੀਂ ਸੀ, ਮੈਨੂੰ ਤਾਂ ਜੋ ਲਿਆ ਕੇ ਦੇਣਾ ਸੀ ਘਰ ਦੇ, ਮੈਂ ਤਾਂ ਉਹੀ ਸਬਜ਼ੀ ਬਣਾਉਣੀ ਆ, ਮੈਂ ਤਾਂ ਉਹੀ ਬਣਾਉਣੀ ਆ, ਜੋ ਘਰਦਿਆਂ ਨੂੰ ਦਿੰਦਾ ਸੀ ਵੀ ਹਾਂ ਵੀ ਆ ਪੇਮੈਂਟ ਆਉਣੀ ਆ, ਅਤੇ ਮੇਰੇ ਕੋਲ ਤਾਂ ਆਉਂਦੀ ਨਹੀਂ ਸੀ, ਘਰ ਦੇ ਕੋਲ ਆਉਂਦੀ ਸੀ, ਮੈਨੂੰ ਤਾਂ ਸਿਰਫ ਜਿਹੜਾ 1,500 ਰੁਪਏ ਦਿੰਦੇ ਸੀ ਜੇਬ ਪੋਕਿਟ ਮਨੀ, ਬਸ ਉਹੀ ਰੱਖਦੀ ਸੀ। ਅੱਜ ਤੱਕ ਮੈਂ ਇੰਨਾ ਪਾਲ ਪੋਸ ਕੇ ਰਾਤੀ ਸੂਟ ਸੀਨੀ ਅੱਧੀ ਰਾਤ ਤੱਕ, ਜੇ 7 ਵਜੇ ਰਾਤੀ ਕਿਸੇ ਨੇ ਸੂਟ ਲਿਆ ਕੇ ਦੇਤਾ, ਸਵੇਰ ਤੱਕ ਅਗਲੇ ਨੂੰ ਸੂਟ ਸੀ ਕੇ ਹੱਥ 'ਚ ਦਿੰਦੀ ਸੀ, ਕਿ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜੋ ਵੀ ਕੀਤਾ ਦਿਨ ਰਾਤ ਮਿਹਨਤ ਕਰਕੇ, ਅਤੇ ਅੱਜ ਬੱਚੇ ਵੀ ਘਰਦਿਆਂ ਦੇ ਮਗਰ ਲੱਗ ਕੇ ਚਲੇ ਗਏ, ਜਾਂਦੀ ਜਾਂਦੀ ਧੀ ਇਹ ਕਹਿ ਕੇ ਗਈ ਮਾਂ ਛੱਡ ਸਕਦੀ ਹਾਂ ਪਰ ਬਾਕੀ ਪਰਿਵਾਰ ਨਹੀਂ ਛੱਡ ਸਕਦੀ। ਤੁਸੀਂ ਦੁੱਖ ਜਿਹੜਾ ਇਹਨਾਂ ਦੇ ਹੱਸਦੇ ਚਿਹਰੇ ਦੇ ਵਿੱਚ ਲੁਕਿਆ ਨਾ, ਮੈਂ ਉਹ ਦੁੱਖ ਨੂੰ ਹਾਲੇ ਸਿਰਫ ਜਿਹਨੂੰ ਕਹਿੰਦੇ ਫੀਲ ਕਰ ਸਕਦਾ ਬਟ ਮੈਂ ਦੇਖ ਨਹੀਂ ਸਕਦਾ। ਮੈਂ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਤੁਸੀਂ ਕਿੰਨਾ ਕੁ ਸਫ਼ਰ ਕੀਤਾ ਇਹਦੇ 'ਚ? ਬਹੁਤ ਕੀਤਾ। ਕਿੰਨਾ ਕੁ ਕੀਤਾ? ਜਿੰਨਾ ਕੁ ਕਹਿ ਦੀ ਉਨਾ ਹੀ ਥੋੜ੍ਹਾ। ਪੈਸੇ ਵਾਲੇ ਜੀ ਬਹੁਤ ਔਖੇ ਆ ਇਸ ਟਾਈਮ, ਕਿਉਂਕਿ ਮੈਨੂੰ ਸਾਲ ਹੋ ਗਿਆ। ਜੇ ਇੱਕ ਸਵਾਲ ਕੀਤਾ ਜਾਵੇ, ਜੇ ਪੈਸੇ ਵੱਲੋਂ ਤੁਸੀਂ ਇੰਨੀ ਔਖੇ ਹੋ, ਤੁਸੀਂ 2 ਵਿਆਹ ਕਰਾਉਣ ਦੀ ਸੋਚ ਕਿਵੇਂ ਲਈ? ਫਿਰ ਸੋਚ ਹੁਣ ਜੋ ਹੋਣਾ ਸੀ ਉਹ ਤਾਂ ਪਰਮਾਤਮਾ ਵੱਲ ਹੋ ਹੀ ਗਿਆ, ਠੀਕ ਹੈ ਨਾ। ਇਹ ਤਾਂ ਮੈਂ ਦੇਖਿਆ ਵੀ ਇਨਸਾਨ ਆਪ ਗਲਤੀ ਕਰਦਾ ਅਤੇ ਦੋਸ਼ ਪਰਮਾਤਮਾ ਨੂੰ ਦਿੰਦਾ ਕਿ ਪਰਮਾਤਮਾ ਕਰਕੇ ਹੋਇਆ, ਪਰ ਇਨਸਾਨ ਦੇ ਆਪਣੇ ਹੱਥ 'ਚ ਵੀ ਹੁੰਦਾ। ਹਾਲਾਤ ਤਾਂ ਆਪਾਂ ਕਹਿੰਦੇ ਹਾਂ ਪਰਮਾਤਮਾ ਵੱਲੋਂ ਜੋ ਹੈਗਾ ਵਾ, ਜਿਹੜਾ ਸਾਡਾ ਰਿਸ਼ਤਾ ਬਣਿਆ ਉਹ ਅਸੀਂ ਕਹਿੰਦੇ, ਜੇ ਸਾਡੇ ਸੰਯੋਗ ਲਿਖੇ ਸੀਗੇ
ਤਾਂ ਅਸੀਂ ਇੱਕ ਹੋਏ ਹਾਂ। ਮੈਂ ਆਹ ਚੀਜ਼ ਕਹਿ ਰਹੀ ਹਾਂ, ਅਸੀਂ ਸੋਚਿਆ ਨਹੀਂ ਸੀ ਕੋਈ ਸਾਡੇ ਨਾਲ ਇੱਦਾਂ ਦਾ ਹੋਏਗਾ, ਪਰ ਦੁਨੀਆਂ ਨੇ ਰਲ ਮਿਲ ਕੇ ਜੋ ਵੀ ਕਿਸ ਕੀਤਾ, ਅਸੀਂ ਮੇਰੇ ਵੱਲ ਤਾਂ ਪਰਮਾਤਮਾ ਦੇ ਸੰਯੋਗ ਆ ਜੇ ਸਾਡੇ ਨਾਲ ਮਿਲੇ। 2014 'ਚ ਇਹਨਾਂ ਨਾਲ ਮੇਰੀ ਮੈਰਿਜ ਹੋ ਗਈ ਸੀ, 8 ਸਾਲ ਸੋਹਣੇ ਬੀਤਦੇ ਗਏ, ਅਤੇ ਉਸ ਤੋਂ ਬਾਅਦ ਇਹਨਾਂ ਨਾਲ ਮੇਰੀ ਮੈਰਿਜ ਹੋ ਗਈ। ਉਹਨਾਂ ਨਾਲ ਕਿੱਦਾਂ ਹੋ ਗਈ? ਉਹਨਾਂ ਨਾਲ ਮੈਰਿਜ ਮੇਰੀ ਇਸ ਕਰਕੇ ਹੋਈ ਕਿਉਂਕਿ ਅਸੀਂ ਇੱਕ ਕੰਪਨੀ 'ਚ ਕੰਮ ਕਰਦੇ ਸੀ, ਮੇਰੀ ਮਜਬੂਰੀ ਸੀ, ਮੈਨੂੰ ਵਿਆਹ ਕਰਵਾਉਣਾ ਪਿਆ। ਮੈਨੂੰ ਮਜਬੂਰੀ ਨਹੀਂ ਇਹਦੇ 'ਚ ਦਿਖੀ ਤੁਹਾਡੀ ਮਜਬੂਰੀ? ਮਜਬੂਰੀ ਤਾਂ ਆਪਾਂ ਇਹਨਾਂ ਦੀ ਸਮਝ ਸਕਦੇ ਹਾਂ ਵੀ ਇਹਨਾਂ ਨੇ ਐਕਸੈਪਟ ਕੀਤਾ ਤੁਹਾਡੇ ਦੋਨਾਂ ਦਾ ਰਿਸ਼ਤਾ, ਨਹੀਂ ਤਾਂ ਤੁਸੀਂ ਖੁਸ਼ ਹੋ ਵੈਸੇ ਇਹਨਾਂ ਨਾਲ? ਹੁਣ ਪਹਿਲਾਂ ਵੀ ਖੁਸ਼ ਸੀ, ਹੁਣ ਵੀ ਖੁਸ਼। ਜਦੋਂ ਉਹ ਲੈ ਕੇ ਆਏ ਉਹਨਾਂ ਨੂੰ ਤੇ ਤੁਸੀਂ ਬਰਦਾਸ਼ਤ ਕਰ ਲਿਆ? ਉਹ ਤਾਂ ਹੁਣ ਕਰਨਾ ਹੀ ਪੈਣਾ ਸੀਗਾ। ਕਰਨਾ ਨਹੀਂ ਪੈਣਾ ਸੀਗਾ, ਤੁਸੀਂ ਕੀਤਾ ਸੀ ਉਦੋਂ ਕਿ ਨਹੀਂ ਕੀਤਾ ਸੀ? ਕਿੱਦਾਂ ਮਤਲਬ? ਜਦੋਂ ਪਹਿਲੀ ਵਾਰੀ ਉਹਨਾਂ ਨੂੰ ਲੈ ਕੇ ਆਏ ਤਾਂ ਤੁਸੀਂ ਕਹਿਤਾ ਵੀ ਠੀਕ ਹੈ ਭਾਈ? ਹਾਂਜੀ ਹਾਂਜੀ ਕਹਿਤਾ। ਇਹ ਮੈਂ ਇਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦਾ ਬੱਗਾ ਆ ਦੇਖ ਭਾਅ ਜੀ ਕੀ ਕਰ ਰਿਹਾ ਵਾ, ਮੇਰੇ ਨਾਲ ਕੀ ਕਰ ਰਿਹਾ। ਫਿਰ ਮੈਂ ਕਿਹਾ ਹੁਣ ਦੱਸੋ ਕੀ? ਫਿਰ ਮੈਂ ਵੀਡੀਓ ਕਾਲ ਦੇਖੀ, ਉਹਨੇ ਵਾਲ ਸਾਰੇ ਅੱਖਾਂ ਮੂਹਰੇ ਆਏ ਹੋਏ, ਸਾਰਾ ਦੂਜਾ ਕੁੱਟ ਮਾਰ ਕੀਤਾ, ਸਿਰ ਮੂੰਹ ਸਾਰਾ ਛਿੱਲਿਆ ਹੋਇਆ ਸੀਗਾ ਉਹਨਾਂ ਦਾ। ਤੁਸੀਂ ਉਹਨਾਂ ਨਾਲ ਕੰਮ ਕਰਦੇ ਸੀਗੇ ਤੇ ਕੰਮ ਕਰਨ ਦੇ ਵਿੱਚ ਕਿੱਥੋਂ ਪਿਆਰ ਹੋ ਗਿਆ ਤੁਹਾਨੂੰ ਵੀ? ਪਿਆਰ ਤਾਂ ਹੁਣ ਲੋਕਾਂ ਨਾਲ ਆਪਸ ਵਿੱਚ ਸਾਡਾ ਬਣਾਇਆ ਬੋਲ ਬੋਲ ਕੇ। ਲੋਕ ਤਾਂ ਬਹੁਤ ਕੁਛ, ਲੋਕ ਤਾਂ ਕਹਿੰਦੇ ਵੀ ਨਿਕੰਮੇ ਆ ਤੇ ਨਿਕੰਮੇ ਥੋੜੀ ਹੋ ਜਾਂਗੇ ਅਸੀਂ? ਨਹੀਂ, ਲੋਕਾਂ ਨਾਲ ਬੋਲ ਬੋਲ ਕੇ ਜਦੋਂ ਸਾਨੂੰ ਘਰਦਿਆਂ ਤੱਕ ਕਹਿਣ ਲੱਗ ਗਏ ਕਿ ਮੇਰੇ ਮਾਂ ਬਾਪ ਵੀ ਕਹਿਣ ਲੱਗ ਗਏ ਕਿ ਤੂੰ ਉਹਦੇ ਨਾਲ ਰਹਿੰਦਾ ਵਾ, ਦੂਜੀ ਨਾਲ ਤੇਰਾ ਉਹਦੇ ਨਾਲ ਕੋਈ ਵਿਆਹ ਹੋਣਾ, ਜਦ ਤੱਕ ਮੇਰਾ ਇਹਦੇ ਨਾਲ ਕੁਛ ਨਹੀਂ ਸੀ। ਠੀਕ ਹੈ ਜੀ, 2 ਸਾਲ 1.5 ਸਾਲ ਮੇਰਾ ਇਹਦੇ ਨਾਲ ਅੱਧੀ ਰਿਹਾ, ਕੋਈ ਨਾ ਗੱਲਬਾਤ, ਇੱਕ ਦੂਜੇ ਨੂੰ ਬਸ ਇੱਕ ਫਰੈਂਡ ਦੇ ਤੌਰ 'ਤੇ ਇੱਕ ਦੂਜੇ ਨੂੰ ਬੁਲਾਉਂਦੇ ਸੀ। ਗਲਤ ਮਤਲਬ ਕੱਢ ਲਿਆ ਕਿ ਮੇਰੀ ਇਹਦੇ ਨਾਲ ਗੱਲਬਾਤ ਆ, ਲੋਕ ਇਸ ਗੱਲ ਘਰ 'ਚ ਵੀ, ਲੋਕ ਤਾਂ ਬਹੁਤ ਕੁਛ ਕਹਿੰਦੇ ਨੇ, ਲੋਕਾਂ ਨੇ ਇਹੀ ਗੱਲ ਇਹਨਾਂ ਘਰ ਤੱਕ ਪਹੁੰਚਾਈ, ਇਹਨਾਂ ਤੱਕ ਪਹੁੰਚਾਈ, ਅਤੇ ਇਹਨਾਂ ਨੇ ਵੀ ਕਿਹਾ ਮੈਨੂੰ ਕਿ ਤੁਹਾਡੇ 'ਚ ਇੱਦਾਂ ਦੀ ਕੋਈ ਗੱਲਬਾਤ ਪਹਿਲਾਂ ਤੋਂ ਨਹੀਂ ਰਹੀ, ਅਤੇ ਹੁਣ ਤੁਸੀਂ ਕੀ ਕਹੋਗੇ? ਤਾਂ ਭਾਅ ਜੀ ਸਾਨੂੰ ਇਹ ਲੱਗਾ ਕਿ ਇਹ ਸਾਡੀ ਵੀਡੀਓ ਬਣਾ ਦੇ ਦੋਵਾਂ ਦੀ, ਲੰਘਦਿਆਂ ਦੀ, ਉਹਨਾਂ ਨੇ ਇਹ ਸੋਚ ਕੇ ਦੋਵਾਂ ਜਾਣਿਆਂ ਨੇ ਇਹਨਾਂ ਨੂੰ ਫੜ ਕੇ ਕੁੱਟ ਦਿੱਤਾ। ਅਤੇ ਕੁੱਟਣ ਤੋਂ ਬਾਅਦ ਜਿਵੇਂ ਕਿ ਫੋਨ ਤਾਂ ਤੁਹਾਨੂੰ ਪਤਾ ਹੀ ਆ, ਹੱਥ ਮਾਰ ਕੁਟਾਈ 'ਚ ਡਿੱਗ ਪੈਂਦਾ ਵਾ, ਫਿਰ ਬਾਅਦ 'ਚ ਇਹਨਾਂ ਨੇ ਫੋਨ ਕਰਕੇ ਕਿਹਾ ਕਿ ਇੱਦਾਂ ਇੱਦਾਂ, ਉਦੋਂ ਮੈਂ ਕਹੀ ਨਹੀਂ, ਮੈਂ ਕਿਹਾ ਤੁਸੀਂ ਅਜੇ ਘਰ ਪਹੁੰਚੇ ਨਹੀਂ ਹੈਗੇ, ਅਤੇ ਕਿੰਨੇ ਫੋਨ ਮੈਂ ਕੀਤੇ ਪਹਿਲਾਂ ਚੱਕਿਆ ਨਹੀਂ, ਜੇ ਫੋਨ ਚੱਕਿਆ ਤਾਂ ਕਹਿਣ ਲੱਗ ਪਈ ਇੱਦਾਂ ਨਾ ਭਾਅ ਜੀ ਨੇ ਬਗਾਨੀ ਜਨਾਨੀ ਕੋਲ ਮੈਨੂੰ ਕਟਵਾਇਆ ਵਾ। ਕਿਉਂਕਿ ਨਾ ਮੈਂ ਉਹਨੂੰ ਛੱਡ ਸਕਦਾ ਸੀ ਨਾ ਮੈਂ ਇਹਨੂੰ ਛੱਡ ਸਕਦਾ ਸੀ, ਕਿਉਂਕਿ ਇੰਨਾ ਮੇਰੇ 8 ਸਾਲ ਹੋ ਗਏ ਸੀ ਮੈਰਿਜ ਹੋਈ ਇਹਨੂੰ, ਕਿਉਂ ਮੈਂ ਇਹਨੂੰ ਪਹਿਲਾਂ ਤੋਂ ਨਹੀਂ ਛੱਡ ਸਕਦਾ। ਅੱਜ ਕੱਲ੍ਹ ਲੋਕ ਬਥੇਰਾ ਭੜਕਾਉਂਦੇ ਆ, ਕੋਈ ਗੱਲ ਨਹੀਂ ਇੱਧਰ ਨਹੀਂ ਉੱਧਰ ਚੱਲ ਜਾ, ਆਪ ਹੀ ਦੇਖ ਲੈਣਗੇ, ਪਰ ਲੇਕਿਨ ਇਹਨੂੰ ਮੈਂ ਵਿਆਹ ਕੇ ਲੈ ਕੇ ਆਇਆ ਸੀ, ਮੈਂ ਇਹਨੂੰ ਨਹੀਂ ਛੱਡ ਸਕਦਾ। ਬਚਪਨ 'ਚ ਐਕਸੀਡੈਂਟ ਹੋ ਗਿਆ ਸੀ ਨਾ, ਕਿ ਦੋਵਾਂ ਹੱਥਾਂ 'ਤੇ ਤੁਸੀਂ ਦੇਖ ਸਕਦੇ ਹੋ, ਆਹ ਦੇਖੋ ਬਾਹਾਂ ਦੇਖੋ ਕਿੱਥੋਂ ਜਿਹਾ ਭਾਰ ਵਗੈਰਾ ਚੱਕਣ, ਕੰਮ ਕਰਨ 'ਚ ਓਵਰਲੋਕ ਦਾ ਕੰਮ ਕਰਦੇ ਨੇ, ਪਰ ਇੰਨਾ ਹੁੰਦਾ ਨਹੀਂ, ਕੁਛ ਉੱਦਾਂ ਵੀ ਮੰਦੀ ਪਈ ਹੋਈ ਆ ਕਿ ਮਹੀਨੇ ਦਾ ਕੁਛ ਨਹੀਂ ਬਣਦਾ ਹੈਗਾ, ਕਿ ਉੱਦਾਂ ਵੀ ਰੈਂਟ 'ਤੇ ਰਹਿ ਰਹੇ ਹਾਂ ਅਸੀਂ, ਅਤੇ ਇੰਨਾ ਔਖਾ ਹੁੰਦਾ ਵਾ ਕਿ ਜਿੱਥੇ ਵੀ ਰੈਂਟ 'ਤੇ ਦਿੰਦੇ ਹਾਂ, ਕਈ ਤਾਂ ਕਾਫੀ ਦੁਨੀਆ ਤਾਂ ਸਾਡੀ ਸਾਥ ਦਿੰਦੀ ਆ, ਮਤਲਬ ਕਿ ਉੱਦਾਂ ਸਾਥ ਦਿੰਦੀ ਆ, ਵੈਸੇ ਪੈਸੇ ਧੇਲੇ ਵੱਲੋਂ ਕਿਸੇ ਨੇ ਸਾਡੀ ਅੱਜ ਤੱਕ ਕੋਈ ਮਦਦ ਨਹੀਂ ਕੀਤੀ। ਜੇ ਰੈਂਟ 'ਤੇ ਅਸੀਂ ਕਿਤੇ ਜਾ ਕੇ ਰਹਿੰਦੇ ਹਾਂ, ਅਤੇ ਅਸੀਂ ਹੁਣ ਜਿਵੇਂ ਵੀਡੀਓ ਬਣਾਉਣ ਦਾ ਸੋਚਿਆ ਕਿ ਪਾਉਂਦੇ ਹਾਂ, ਕਿ ਕਈ ਦੇਖ ਕੇ ਕਹਿੰਦੇ ਲੈ ਤੁਸੀਂ ਵੀਡੀਓ ਬਣਾਉਂਦੇ ਹੋ, ਤੁਸੀਂ ਕਮਰਾ ਖਾਲੀ ਕਰ ਦਿਓ, ਤੁਸੀਂ ਇੱਦਾਂ ਕਰ ਦਿਓ, ਬਹੁਤ ਸਾਨੂੰ ਕਮਰੇ ਕਦੀ ਕਿਤੇ ਚੇਂਜ ਕਰਨਾ ਪੈਂਦਾ, ਕਦੀ ਕਿਤੇ ਚੇਂਜ ਕਰਨਾ ਪੈਂਦਾ। ਮੈਂ ਨਾ